Describe an interesting place in your country that is not visited by many tourists. ਉਸ ਜਗ੍ਹਾ ਬਾਰੇ ਦੱਸੋ ਜਿਹੜੀ ਕਿ ਤੁਹਾਡੀ ਕੰਟਰੀ ਦੇ ਵਿੱਚ ਹੋਵੇ ਅਤੇ ਅਕਸਰ ਜ਼ਿਆਦਾ ਵਿਜ਼ਿਟਰਸ ਦੇ ਦੁਆਰਾ ਨਾ ਦੇਖੀ ਜਾਂਦੀ ਹੋਈ ਹੋਵੇ। ਠੀਕ ਹੈ ਜੀ, ਕਿਹੜੀ ਕਿਹੜੀ ਜਗ੍ਹਾ ਕਹਿ ਸਕਦੇ ਹਾਂ? ਵਟ ਦ ਵੇਅਰ ਦ ਪਲੇਸਿਸ। ਅੱਛਾ, ਪਹਿਲਾਂ ਤਾਂ ਜਗ੍ਹਾ ਦੱਸੋ ਕਿਹੜੀ ਕਿਹੜੀ ਕਹਿ ਸਕਦੇ ਹਾਂ। ਵੈਲੀ ਆਫ ਫਲਾਵਰ, ਠੀਕ ਹੈ ਜੀ। ਜਦੋਂ ਆਪਾਂ ਹੇਮਕੁੰਟ ਸਾਹਿਬ ਨੂੰ ਜਾਂਦੇ ਹਾਂ ਤਾਂ ਰਸਤੇ ਦੇ ਵਿੱਚ ਇਹ ਜਗ੍ਹਾ ਆਉਂਦੀ ਹੈ। ਠੀਕ, ਇਸ ਜਗ੍ਹਾ ਦੇ ਉੱਪਰ ਇੱਕ ਮਿੱਥ ਹੈ, ਇੱਕ ਗੱਲ ਕਹੀ ਜਾਂਦੀ ਹੈ ਵੀ ਜਿਹੜਾ ਇਨਸਾਨ ਇੱਥੇ ਜਾਂਦਾ ਉਹ ਵਾਪਸ ਨਹੀਂ ਆ ਪਾਉਂਦਾ। ਠੀਕ, ਕੁਛ ਲੋਕ ਇਹਨੂੰ ਮਿੱਥ ਸਮਝਦੇ ਨੇ, ਕੁਛ ਲੋਕ ਇਹਨੂੰ ਗਲਤ ਜੱਜ ਕਰਦੇ ਨੇ, ਬਟ ਇਸ ਸਿਨੈਰੀਓ ਦਾ ਰੀਜ਼ਨ ਕੀ ਹੈ ਵੀ ਇੱਥੇ ਜਿਹੜੇ ਫਲਾਵਰਸ ਨੇ ਉਹ ਬਹੁਤ ਜ਼ਿਆਦਾ ਡਰੱਗਡ ਨੇ, ਉਹਨਾਂ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੁੰਦਾ। ਨਾ ਚਾਹੁੰਦੇ ਹੋਏ ਵੀ ਜਦੋਂ ਇਨਸਾਨ ਉਸਦੇ ਕੋਲ ਦੀ ਕ੍ਰੋਸ ਕਰਦਾ ਤਾਂ ਉਹ ਡਰੱਗਸ ਦੇ ਨਾਲ ਅਡਿਕਟ ਹੋ ਜਾਂਦਾ ਉੱਥੋਂ, ਅਤੇ ਓਵਰਡੋਜ਼ ਡਰੱਗ ਦੀ ਨਾ ਚਾਹੁੰਦੇ ਹੋਏ ਵੀ ਹਵਾ ਦੇ ਵਿੱਚ ਹੋਣ ਕਰਕੇ ਇਨਸਾਨ ਉੱਥੇ ਡੈੱਡ ਹੋ ਜਾਂਦਾ। ਠੀਕ, ਇਟਸ ਅ ਮਿਥ ਕਿਹਾ ਜਾਂਦਾ। ਓਕੇ, ਵਟ ਡੂ ਯੂ ਲਾਈਕ ਅਬਾਊਟ ਇਟ? ਇਸ ਜਗ੍ਹਾ ਦੇ ਉੱਪਰ ਤੁਹਾਨੂੰ ਚੀਜ਼ ਹੈ ਜਿਹੜੀ ਉਹ ਕਿਹੜੀ ਪਸੰਦ ਹੈ? ਇੱਥੇ ਐਂਡ ਦੇ ਵਿੱਚ ਆਪਾਂ ਆਹ ਵੀ ਦੱਸਣਾ, ਹਾਊ ਡੂ ਯੂ ਗੋ ਦੇਅਰ। ਹਾਂਜੀ, ਅੱਛਾ, ਜਦੋਂ ਗੱਲ ਆ ਗਈ ਫਲਾਵਰਸ ਦੀ, ਆਪਾਂ ਫਲਾਵਰਸ ਨੂੰ 2 ਮਿੰਟ ਡਿਸਕ੍ਰਾਈਬ ਕਰ ਸਕਦੇ ਹਾਂ ਅੱਛੇ ਤਰੀਕੇ ਨਾਲ? ਕੈਨ ਵੀ ਡੂ ਦਿਸ? ਦੱਸ ਸਕਦੇ ਹਾਂ ਜੀ, ਦੱਸ ਸਕਦੇ ਹਾਂ ਜੀ, ਜਾਗੋ ਨੀਂਦ ਚੋਂ ਬਾਹਰ ਆਓ, ਦੱਸ ਸਕਦੇ ਹਾਂ। ਓਕੇ ਜੀ, ਕਿਹੜੇ ਕਿਹੜੇ ਫਲਾਵਰਸ ਹੁਣ ਹੋ ਦੱਸ ਸਕਦੇ ਹਾਂ ਉਰੇ? ਅਨਕਾਮਨ ਫਲਾਵਰਸ ਲਾਈਕ ਬਲੈਕ ਲੀਲੀ, ਲੀਲੀ ਦਾ ਫਲਾਵਰ ਕਿਵੇਂ ਦਾ ਹੁੰਦਾ? ਓਕੇ, ਇੱਥੇ ਹੁਣ ਬੇਸਿਕਲੀ ਕੁਛ ਵੀ ਦੱਸ ਸਕਦੇ ਹੋ, ਕਿਸੇ ਵੀ ਫਲਾਵਰ ਨੂੰ ਡਿਸਕ੍ਰਾਈਬ ਕਰ ਸਕਦੇ ਹੋ ਐਜ ਬਲੈਕ ਰੋਜ਼, ਠੀਕ ਹੈ ਜੀ, ਰੈੱਡ ਰੋਜ਼ ਤਾਂ ਆਪਣਾ ਕੋਮਨ ਹੀ ਹੈ। ਠੀਕ, ਬਟ ਟੂ ਬਿਗ ਇਨ ਸਾਈਜ਼। ਠੀਕ, ਸਨਫਲਾਵਰ having a weight of 500 ਗ੍ਰਾਮ, ਅੱਧਾ ਕਿਲੋ ਦੇ ਫਲਾਵਰ। ਤੁਹਾਨੂੰ ਹੁਣ ਇਸ ਸਾਰੀ ਜਗ੍ਹਾ ਬਾਰੇ ਪਤਾ ਕਿੱਥੋਂ ਲੱਗਿਆ? ਕਿੱਥੋਂ ਪਤਾ ਲੱਗਿਆ ਜੀ? ਇੱਕ ਕੋਈ ਫੇਮਸ ਯੂਟਿਊਬਰ ਹੈ, ਉਸਨੇ ਰੀਸੈਂਟਲੀ ਇਸ ਜਗ੍ਹਾ ਨੂੰ ਐਕਸਪਲੋਰ ਕੀਤਾ ਸੀ। ਠੀਕ, ਤਾਂ ਫੋਰ ਗੇਨਿੰਗ ਦ ਵਿਊਜ਼, ਤਾਂ ਉਸ ਵੀਡੀਓ ਦਾ ਜੋ ਟਾਈਟਲ ਸੀ, ਦ ਹਾਂਟਡ ਪਲੇਸ ਅ ਪਰਸਨ ਵੈਂਟ ਵਾਂਸ ਵਿਲ ਨੈਵਰ ਕਮ ਬੈਕ, ਤਾਂ ਉਸਨੇ ਇਸ ਵੀਡੀਓ ਦੇ ਵਿੱਚ ਲੋਕਾਂ ਨੂੰ ਬਿਥ ਕ੍ਰੀਏਟ ਕੀਤੀ
ਵੀ ਜਿਹੜਾ ਇਨਸਾਨ ਜਾਊਗਾ ਵਾਪਸ ਨਹੀਂ ਆਊਗਾ। ਉਸਨੇ ਵੀਡੀਓ ਦੇ ਵਿੱਚ ਡਿਪੈਕਟ ਕੀਤਾ ਕਿ ਇਨਸਾਨ ਗਿਆ ਅਤੇ ਅੱਧੇ ਰਸਤੇ 'ਚੋਂ ਹੀ ਵਾਪਸ ਆ ਗਿਆ ਉੱਥੇ ਜੋ ਹੌਂਟਡ ਪਲੇਸ, ਉਸਨੇ ਉਹਨੂੰ ਬਣਾਉਣ ਦੀ ਕੋਸ਼ਿਸ਼ ਕੀਤੀ। ਬਟ ਦੈਨ ਵੈਨ ਆਈ ਰਿਸਰਚਡ, ਮੈਨੂੰ ਕੀ ਮਿਲਿਆ ਵੀ ਇੱਥੇ ਹੌਂਟਡ ਕੁਛ ਨਹੀਂ ਹੈਗਾ, ਸਿਰਫ ਜਿਹੜੇ ਫਲਾਵਰਸ ਨੇ ਉਹੀ ਡਰੱਗ ਨੇ। ਠੀਕ, ਤਾਂ ਰਾਦਰ ਦੈਨ ਕ੍ਰੀਏਟਿੰਗ ਮਿਥ ਵੀ ਉੱਥੇ ਹੌਂਟ ਆਪਾਂ ਕ੍ਰੀਏਟ ਕਰੀਏ, ਆਪਾਂ ਉਸਦੇ ਫਲਾਵਰ ਦੀ ਜੋ ਮੇਨ ਨੈਸੈਸਿਟੀ ਹੈ ਉਸਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਤਾਂ ਮੈਂ ਅਤੇ ਮੇਰੇ ਚਾਰ ਫਰੈਂਡਸ ਨੇ ਅਸੀਂ ਡਿਸਾਈਡ ਕੀਤਾ ਦੈਟ ਵੀ ਵਿਲ ਬੀ ਵਿਜ਼ਿਟਿੰਗ ਦਿਸ ਪਲੇਸ। ਤਾਂ ਜਦੋਂ ਅਸੀਂ ਵਿਜ਼ਿਟ ਕੀਤਾ, ਅਸੀਂ ਸਭ ਤੋਂ ਪਹਿਲਾਂ ਕਿਹਦੇ ਨਾਲ ਕੰਸਲਟ ਕੀਤਾ? ਇੱਕ ਡਾਕਟਰ ਨਾਲ। ਠੀਕ, ਉਹਨੇ ਸਾਨੂੰ ਬਹੁਤ ਸਿੰਪਲ ਜਿਹਾ ਸਜੈਸ਼ਨ ਦਿੱਤਾ ਕਿ ਹੈਵ ਅ ਮੈਡੀਸਨ ਆਫ ਡਿਸਪ੍ਰਿਨ, ਜੋ ਕਿ ਤੁਹਾਡੇ ਬਲੱਡ ਨੂੰ ਡਿਲਿਊਟ ਕਰ ਦੇਊਗੀ, ਪਤਲਾ ਕਰ ਦੇਊਗੀ, ਅਤੇ ਤੁਹਾਨੂੰ ਉਸਦੇ ਨਾਲ ਕਿਸੇ ਵੀ ਇਸ ਪ੍ਰੋਬਲਮ ਨਾਲ ਨਹੀਂ ਫੇਸ ਕਰਨਾ। ਤਾਂ ਜਦੋਂ ਅਸੀਂ ਇਸ ਵੈਲੀ ਨੂੰ ਦੇਖਿਆ, ਪਹੁੰਚੇ, ਵੀ ਵਰ ਵੈਰੀ ਮੱਚ ਐਕਸਾਈਟਡ, ਅਤੇ ਅਸੀਂ ਉਹ ਫਲਾਵਰਸ ਵੀ ਦੇਖੇ ਜਿਹੜਿਆਂ ਦੇ ਅਸੀਂ ਅੱਜ ਤੱਕ ਨਾਮ ਵੀ ਨਹੀਂ ਸੁਣੇ। ਸਾਨੂੰ ਉਹ ਦੇਖਣ ਨੂੰ ਬਹੁਤ ਅੱਛੇ ਲੱਗੇ, ਬਟ ਸਾਨੂੰ ਉੱਥੇ ਨਾਮ ਨਹੀਂ ਪਤਾ ਸੀ। ਤਾਂ ਮੇਰੇ ਇੱਕ ਫਰੈਂਡ ਕੋਲ ਇੱਕ ਡਰੋਨ ਵੀ ਸੀ, ਜਦੋਂ ਅਸੀਂ ਉਸ ਜਗ੍ਹਾ ਦਾ ਇੱਕ ਡਰੋਨ ਸ਼ਾਟ ਲਿਆ, ਤਾਂ ਸਾਨੂੰ ਉਸ ਤੋਂ ਬਾਅਦ ਸਰਚ ਕਰਨ ਤੋਂ ਬਾਅਦ ਪਤਾ ਲੱਗਿਆ ਦੈਟ ਮੋਰ ਦੈਨ 100 ਟਾਈਪਸ ਆਫ ਫਲਾਵਰਸ ਆਰ ਐਗਜ਼ਿਸਟਿੰਗ। ਹੁਣ ਇੱਥੇ ਸਭ ਤੋਂ ਜਿਹੜਾ ਇੰਟਰਸਟਿੰਗ ਫੈਕਟਰ ਸੀਗਾ ਉਹ ਕੀ ਸੀਗਾ? ਇਹ ਸਾਰੇ ਆਪਣੇ ਆਪ ਉੱਗ ਰਹੇ ਸੀ, ਨੋ ਮੈਨੂਅਲ ਇਰੀਗੇਸ਼ਨ ਇਜ਼ ਡਨ। ਇਨਸਾਨ ਨਾ ਉਹਨੂੰ ਪਾਣੀ ਦੇ ਰਿਹਾ, ਨਾ ਉਹਨੂੰ ਤੋੜ ਰਿਹਾ। ਜਿਹੜਾ ਫੁੱਲ ਖਰਾਬ ਹੋ ਗਿਆ ਉਹ ਥੱਲੀ ਜ਼ਮੀਨ ਦੇ ਵਿੱਚ ਖਾਦ ਬਣ ਕੇ ਚੱਲੀ ਜਾਂਦਾ। ਠੀਕ, ਅਤੇ ਆਪਣੇ ਆਪ ਇਹ ਨੈਚੁਰਲੀ ਗਰੋਨ ਫਲਾਵਰਸ, ਕੋਈ ਵੀ ਇਨਸਾਨ ਇਹਨਾਂ ਫਲਾਵਰਸ ਨੂੰ ਗਰੋ ਨਹੀਂ ਕਰ ਰਿਹਾ। ਤਾਂ ਹੀ ਕਰਕੇ ਇਹਨਾਂ ਦੇ ਵਿੱਚ ਡਰੱਗ ਥੋੜ੍ਹਾ ਜਿਹਾ ਜ਼ਿਆਦਾ ਆ। ਠੀਕ, ਡੀਕੰਪੋਜ਼ ਹੋ ਕੇ ਉੱਥੋਂ ਹੀ ਦੁਬਾਰਾ ਗੁਰੇ ਨੇ, ਤਾਂ ਹੀ ਇਹਨਾਂ ਦੇ ਵਿੱਚ ਸਮੈਲ ਜ਼ਿਆਦਾ। ਤਾਂ ਇੱਥੇ ਹੌਂਟ ਹੋਣ ਦਾ ਸਿਰਫ ਅਤੇ ਸਿਰਫ ਇੱਕ ਰੀਜ਼ਨ ਹੈ ਵੀ ਜ਼ਿਆਦਾ ਸਮੈਲ, ਨਥਿੰਗ ਐਲਸ। ਤਾਂ ਅਸੀਂ, ਮੇਰੇ ਇੱਕ ਫਰੈਂਡ ਸੀ, ਉਸਨੇ ਜਿਹੜਾ ਜਿਹਦੇ ਕੋਲ ਡਰੋਨ ਸੀ, ਉਹ ਯੂਟਿਊਬਰ ਵੀ ਆ, ਉਹਨੇ ਇਸ ਵੀਡੀਓ ਦਾ ਜਿਹੜਾ ਮਿੱਥ ਸੀ ਉਸਨੂੰ ਤੋੜਿਆ ਅਤੇ ਲੋਕਾਂ ਨੂੰ ਸਾਰੀ ਚੀਜ਼ ਬਾਰੇ ਇਨਫੋਰਮੇਸ਼ਨ ਦਿੱਤੀ। ਕਲੀਅਰ ਹੈ ਜੀ? ਕਲੀਅਰ ਹੈ ਜੀ? ਯੈਸ।